ਤਰਨ ਤਾਰਨ ਰੈਵਨਿਊ ਪਟਵਾਰ ਯੂਨੀਅਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੀ ਯੂਨੀਅਨ ਪਟਵਾਰੀ ਕੈਲੰਡਰ ਅਤੇ ਡਾਇਰੀ ਜਾਰੀ ਕੀਤੀ ਗਈ। SCM ਡਾਕਟਰ ਅਮਨਦੀਪ ਕੌਰ ਅਤੇ ਤਹਿਸੀਲਦਾਰ ਅਸ਼ੋਕ ਸ਼ਰਮਾ ਦੀ ਹਾਜ਼ਰੀ ਵਿੱਚ ਅਸ਼ੋਕ ਸ਼ਰਮਾ ਨੇ ਕੈਲੰਡਰ ਅਤੇ ਡਾਇਰੀ ਰਿਲੀਜ਼ ਕਰਨ ਤੇ ਪਟਵਾਰੀਆਂ ਨੂੰ ਵਧਾਈ ਦਿੱਤੀ। ਦੀ ਤਰ੍ਹਾਂ ਐਰਕੇ ਵੀ 2018 ਦਾ ਅਸੀਂ ਜਿਹੜਾ ਕੈਲੰਡਰ ਆ ਤੇ ਨਾਲ ਆਪਣੀ ਦੀ ਰੈਵਨਿਊ ਪਟਵਾਰ ਜਿਹਨੇ ਦੀ ਡਾਇਰੀ ਉਹ ਇਥੋਂ ਤਰਨਤਾਰਨ ਤੋਂ ਰਿਲੀਜ਼ ਕਰ ਰਹੇ ਆ। ਤੇ ਹਰ ਸਾਲ ਸਾਡੀ ਦੀ ਰੈਵਨਿਊ ਪਟਵਾਰ ਜਿਹਨੇ ਪੰਜਾਬ ਵੱਲੋਂ ਇਹ ਰਿਲੀਜ਼ ਕੀਤਾ ਜਾਂਦਾ ਵਾ। ਇਹਦੇ ਵਿੱਚ ਜੋ ਸਰਕਾਰੀ ਛੁੱਟੀਆਂ ਉਹਦੇ ਸਾਰੇ ਵਾਰ ਦਿੱਤੇ ਹੁੰਦੇ ਆ। ਆਮ ਇਹਦੇ 'ਚ ਮੁਹਾਵਰਾ ਹੈਗਾ ਮਤੋਂ ਹੈਗਾ ਵੀ ਜਿਵੇਂ ਸੰਗਰਾਂਦ ਮੱਸਿਆ ਪੁੰਨਿਆ ਉਹਦਾ ਵੀ ਇਹਦਾ ਵਿੱਚ ਸਭ ਕੁਝ ਲਿਖਿਆ ਹੁੰਦਾ। ਅੱਜ ਪਟਵਾਰ ਯੂਨੀਅਨ ਪੰਜਾਬ ਵੱਲੋਂ ਜਾਰੀ ਕੀਤਾ ਗਿਆ ਸੀਗਾ ਉਹ ਤਰਨ ਤਾਰਨ ਜ਼ਿਲ੍ਹਾ ਇਕਾਈ ਪਟਵਾਰ ਯੂਨੀਅਨ ਪ੍ਰਧਾਨ ਸਰਜੀਤ ਸਿੰਘ ਅਤੇ ਸਮੂਹ ਪਟਵਾਰੀ ਸਾਹਿਬਾਨ ਉਹਨਾਂ ਵੱਲੋਂ ਅੱਜ ਰਿਲੀਜ਼ ਕੀਤਾ ਗਿਆ ਜੋ ਕਿ ਸਾਨੂੰ ਮਾਣ ਬਖਸ਼ਿਆ ਗਿਆ ਕਿ ਤੁਸੀਂ ਇਸ ਦਾ ਸ਼ੁਰੂਆਤ ਕਰੋ ਜੋ ਕਿ ਅਸੀਂ ਅੱਜ ਸ਼ੁਰੂਆਤ ਇਸ ਦੀ ਕਰ ਚੁੱਕੇ। ਇੱਕ ਬਹੁਤ ਚੰਗਾ ਉਪਰਾਲਾ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਕੈਲੰਡਰ ਜਾਰੀ ਕੀਤਾ ਗਿਆ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।